ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਨਿਊਟਰੀ ਬਿਰਿਆਨੀ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ। ਇਹ ਬਿਰਿਆਨੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ, ਤੁਸੀਂ ਇਸ ਬਿਰਿਆਨੀ ਨੂੰ ਜ਼ਰੂਰ ਬਣਾ ਕੇ ਦੇਖਿਓ। ਸ਼ੁਰੂ ਕਰਦੇ ਹਾਂ ਬਿਰਿਆਨੀ ਬਣਾਉਣਾ। ਨਿਊਟਰੀ ਬਿਰਿਆਨੀ ਬਣਾਉਣ ਵਾਸਤੇ 2 ਗਲਾਸ ਪਾਣੀ ਨੂੰ ਆਪਾਂ ਉਬਾਲ ਲਿਆ। ਇਹਦੇ ਵਿੱਚ ਪਾ ਦਾਂਗੇ 1/4 ਹਿੱਸਾ ਚਮਚੇ ਦਾ ਲੂਣ। 1 ਕੌਲੀ ਭਰ ਕੇ ਨਿਊਟਰੀ ਲਈ ਆ, ਨਿਊਟਰੀ ਅਸੀਂ ਪਾ ਦਿੰਦੇ ਹਾਂ। ਚਾਰ ਤੋਂ 5 ਮਿੰਟ ਤੱਕ ਨਿਊਟਰੀ ਨੂੰ ਸੇਕ ਲਵਾ ਲਿਆ, ਗੈਸ ਆਪਾਂ ਬੰਦ ਕਰ ਦੇਣੀ ਆ। ਨਿਊਟਰੀ ਨੂੰ ਹੁਣ ਅਸੀਂ ਠੰਡੇ ਪਾਣੀ ਦੇ ਵਿੱਚ ਪਾ ਦੇਣਾ ਹੈ। 4-5 ਮਿੰਟ ਲਈ ਠੰਡੇ ਪਾਣੀ ਦੇ ਵਿੱਚ ਪਈ ਰਹਿਣ ਦਾਂਗੇ, ਉਸ ਤੋਂ ਬਾਅਦ ਆਪਾਂ ਇਹਨੂੰ ਨਿਚੋੜ ਲਾਂਗੇ। 5 ਮਿੰਟ ਬਾਅਦ ਨਿਊਟਰੀ ਨੂੰ ਅਸੀਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਨਿਚੋੜ ਲੈਣਾ ਹੈ। ਜਿੰਨਾ ਵੀ ਇਹਦੇ ਵਿੱਚ ਪਾਣੀ ਆ ਉਹ ਸਾਰਾ ਆਪਾਂ ਨਿਚੋੜ ਕੇ ਕੱਢ ਦੇਣਾ। ਹੁਣ ਨਿਊਟਰੀ ਨੂੰ ਅਸੀਂ ਮਸਾਲਿਆਂ ਦੇ ਵਿੱਚ ਮਿਲਾ ਕੇ 15-20 ਮਿੰਟ ਲਈ ਰੱਖਣਾ ਆ। ਡੋਂਗੇ ਦੇ ਵਿੱਚ 1/2 ਕੌਲੀ ਤਾਜ਼ੇ ਦਹੀਂ ਦੀ ਪਾ ਦੇਣੀ ਆ। ਦਹੀਂ ਨੂੰ ਚੰਗੇ ਤਰੀਕੇ ਦੇ ਨਾਲ ਫੈਂਟ ਲੈਣਾ ਆ। ਇਹਦੇ 'ਚ ਪਾ ਦਾਂਗੇ 1/2 ਚਮਚਾ ਲਾਲ ਮਿਰਚ ਦਾ ਪਾਊਡਰ, 1/4 ਹਿੱਸਾ ਚਮਚੇ ਦਾ ਕਸ਼ਮੀਰੀ ਲਾਲ ਮਿਰਚ ਪਾਊਡਰ, 1/2 ਚਮਚਾ ਭੁੰਨੇ ਹੋਏ ਜੀਰੇ ਦਾ ਪਾਊਡਰ, 1/4 ਹਿੱਸਾ ਚਮਚੇ ਦਾ ਹਲਦੀ ਪਾਊਡਰ, 1/4 ਹਿੱਸਾ ਚਮਚੇ ਦਾ ਗਰਮ ਮਸਾਲਾ। ਸਾਰੇ ਮਸਾਲਿਆਂ ਨੂੰ ਅਸੀਂ ਚੰਗੇ ਤਰੀਕੇ ਦੇ ਨਾਲ ਮਿਲਾ ਦੇਣਾ ਹੈ। ਦਹੀਂ ਦੇ ਵਿੱਚ ਮਸਾਲੇ ਮਿਲਾਉਣ ਤੋਂ ਬਾਅਦ ਹੁਣ ਇਹਦੇ ਵਿੱਚ ਪਾ ਦਾਂਗੇ 2 ਮਿਰਚਾਂ। ਮਿਰਚਾਂ ਦੇ ਵਿੱਚ ਮੈਂ ਚੀਰਾ ਲਾ ਤਾ, ਤੁਸੀਂ ਹਰੀਆਂ ਵੀ ਲੈ ਸਕਦੇ ਹੋ, ਲਾਲ ਲੈਣੀਆਂ ਚਾਹੋ ਤਾਂ ਲਾਲ ਵੀ ਲੈ ਸਕਦੇ ਹੋ। 1/2 ਕੌਲੀ ਹਰੇ ਮਟਰ ਲਏ ਆ, ਨਿਊਟਰੀ ਪਾ ਦਾਂਗੇ। ਨਿਊਟਰੀ ਨੂੰ ਦਹੀਂ ਦੇ ਵਿੱਚ ਮਿਲਾਉਣ ਤੋਂ ਬਾਅਦ ਹੁਣ ਅਸੀਂ ਇਹਨੂੰ ਢੱਕ ਦੇਣਾ ਆ। ਢੱਕ ਕੇ ਇਹਨੂੰ 15-20 ਮਿੰਟ ਤੱਕ ਪਏ ਰਹਿਣ ਦੇਣਾ ਆ। 15 ਮਿੰਟ ਬਾਅਦ ਨਿਊਟਰੀ ਨੂੰ ਇੱਕ ਵਾਰੀ ਅਸੀਂ ਚੰਗੀ ਤਰ੍ਹਾਂ ਹਿਲਾ ਦੇਣਾ ਆ ਤਾਂ ਕਿ ਮਸਾਲੇ ਉੱਪਰ ਥੱਲੇ ਹੋ ਜਾਣ। ਬਿਰਿਆਨੀ ਆਪਾਂ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ। 2 ਚਮਚੇ ਪਾ ਦਾਂਗੇ ਤੇਲ ਦੇ, 1 ਚਮਚਾ ਪਾਵਾਂਗੇ ਦੇਸੀ ਘਿਓ। ਦੇਸੀ ਘਿਓ ਪਾ ਕੇ ਤੁਸੀਂ ਬਿਰਿਆਨੀ ਬਣਾਓਗੇ ਤਾਂ ਬਿਰਿਆਨੀ ਦਾ ਸਵਾਦ ਬਹੁਤ ਜ਼ਿਆਦਾ ਵਧੀਆ ਆਊਗਾ। ਘਿਓ ਅਤੇ ਤੇਲ ਨੂੰ ਅਸੀਂ ਥੋੜ੍ਹਾ ਜਿਹਾ ਗਰਮ ਕਰ ਲਿਆ। ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ 3 ਤੇਜ਼ਪੱਤਾ, 1 ਚਮਚਾ ਜੀਰੇ ਦਾ, 3 ਹਰੀਆਂ ਇਲਾਇਚੀਆਂ, 8-10 ਕਾਲੀਆਂ ਮਿਰਚਾਂ, 3-4 ਲੌਂਗ, 1 ਮੋਟੀ ਇਲਾਇਚੀ ਅਤੇ 1 ਟੁਕੜਾ ਦਾਲਚੀਨੀ ਦਾ। ਸਾਗ ਅਤੇ ਮਸਾਲਿਆਂ ਦਾ ਸਵਾਦ ਬਿਰਿਆਨੀ ਦੇ ਵਿੱਚ ਬਹੁਤ ਵਧੀਆ ਆਉਂਦਾ ਆ। ਅਸੀਂ ਥੋੜ੍ਹਾ ਜਿਹਾ ਇਹਨਾਂ ਨੂੰ ਭੁੰਨ ਲੈਣਾ ਹੈ। ਮਸਾਲਿਆਂ ਨੂੰ ਭੁੰਨਣ ਤੋਂ ਬਾਅਦ ਹੁਣ ਇਹਦੇ ਵਿੱਚ ਪਾ ਦਾਂਗੇ 1 ਪਿਆਜ਼ ਲੰਬਾਈ ਦੇ ਵਿੱਚ ਕੱਟਿਆ ਹੋਇਆ। ਪਿਆਜ਼ ਮੈਂ ਵੱਡੇ ਸਾਈਜ਼ ਦਾ ਲਿਆ ਆ, ਜੇ ਛੋਟੇ ਪਿਆਜ਼ ਹੋਣ ਤਾਂ ਤੁਸੀਂ 2 ਲੈ ਸਕਦੇ ਹੋ। ਪਿਆਜ਼ਾਂ ਨੂੰ ਅਸੀਂ ਜ਼ਿਆਦਾ ਨਹੀਂ ਭੁੰਨਣਾ, ਹਲਕਾ ਜਿਹਾ ਬਸ ਗੁਲਾਬੀ ਰੰਗ ਦਾ ਕਰਨਾ। ਪਿਆਜ਼ ਭੁੰਨੇ ਗਏ, ਹੁਣ ਇਹਦੇ 'ਚ ਪਾ ਦਾਂਗੇ 1 ਚਮਚਾ ਅਦਰਕ ਲਸਣ ਕੁੱਟਿਆ ਹੋਇਆ, 1 ਟਮਾਟਰ। ਤਿੰਨ ਤੋਂ 4 ਮਿੰਟ ਤੱਕ ਟਮਾਟਰ ਭੁੰਨ ਲਏ, ਟਮਾਟਰ ਇੱਕਦਮ ਨਰਮ ਪੈ ਗਏ ਆ। ਹੁਣ ਅਸੀਂ ਇਹਦੇ ਵਿੱਚ ਨਿਊਟਰੀ ਪਾ ਦਿੰਦੇ ਹਾਂ। ਛੇ ਤੋਂ 7 ਮਿੰਟ ਤੱਕ ਅਸੀਂ ਨਿਊਟਰੀ ਨੂੰ ਹੁਣ ਭੁੰਨਣਾ ਹੈ। ਮਟਰ ਵੀ ਪੱਕ ਜੂਗੇ, ਜਿਵੇਂ ਮੈਂ ਇਹਦੇ ਵਿੱਚ ਹਰੇ ਮਟਰ ਪਾਏ ਆ, ਤੁਸੀਂ ਇਹਦੇ ਵਿੱਚ ਹੋਰ ਕੋਈ ਵੀ ਸਬਜ਼ੀ ਪਾਣੀ ਚਾਹੋ ਤਾਂ ਉਹ ਵੀ ਪਾ ਸਕਦੇ ਹੋ, ਆਲੂ ਪਾਣੀ ਚਾਹੋ ਤਾਂ ਆਲੂ ਵੀ ਪਾ ਸਕਦੇ ਹੋ। ਥੋੜ੍ਹਾ ਜਿਹਾ ਆਪਾਂ ਇਹਨੂੰ ਉੱਪਰੋਂ ਢੱਕ ਦਾਂਗੇ, ਢੱਕ ਕੇ ਇਹਨੂੰ ਪੱਕਣ ਦੇਵਾਂਗੇ।
5-7 ਮਿੰਟ ਤੱਕ ਨਿਊਟਰੀ ਨੂੰ ਭੁੰਨਣ ਤੋਂ ਬਾਅਦ ਇੱਕ ਵਾਰੀ ਇਹਨੂੰ ਅਸੀਂ ਚੰਗੇ ਤਰੀਕੇ ਦੇ ਨਾਲ ਹਿਲਾ ਦੇਣਾ ਆ। ਹਿਲਾਉਣ ਤੋਂ ਬਾਅਦ ਇਹਨੂੰ ਅਸੀਂ ਕੁੱਕਰ ਦੇ ਵਿੱਚ ਪੂਰੀ ਤਰ੍ਹਾਂ ਦਾ ਫੁਲਾ ਦੇਣਾ ਆ। ਹੁਣ ਅਸੀਂ ਇਹਦੇ ਉੱਪਰ ਚੌਲ ਖਿਲਾਰਨੇ ਆ। ਇੱਕ ਗਲਾਸ ਚੌਲਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ 15 ਮਿੰਟ ਵਾਸਤੇ ਭਿਓ ਕੇ ਰੱਖਤਾ ਸੀ। 15 ਮਿੰਟ ਤੋਂ ਜ਼ਿਆਦਾ ਨਹੀਂ ਤੁਸੀਂ ਚੌਲਾਂ ਨੂੰ ਭਿਉਣਾ। ਜ਼ਿਆਦਾ ਚੌਲ ਆਪਾਂ ਭਿਓ ਕੇ ਰੱਖਾਂਗੇ ਫਿਰ ਇਹਨਾਂ ਨੇ ਟੁੱਟ ਜਾਣਾ ਆ। ਸਾਰੇ ਚੌਲਾਂ ਨੂੰ ਅਸੀਂ ਨਿਊਟਰੀ ਦੇ ਉੱਪਰ ਚੰਗੀ ਤਰ੍ਹਾਂ ਫੁਲਾ ਦੇਣਾ ਇਸ ਤਰੀਕੇ ਦੇ ਨਾਲ। ਇੱਕ ਦੂਜੀ ਲੇਅਰ ਆਪਾਂ ਲਾ ਦੇਣੀ ਹੈ। ਇਹਦੇ ਉੱਪਰ ਅਸੀਂ ਅੱਧਾ ਚਮਚਾ ਲੂਣ ਦਾ ਪਾਉਣਾ ਆ। ਲੂਣ ਨੂੰ ਇਸ ਤਰੀਕੇ ਦੇ ਨਾਲ ਖਿਲਾਰ ਕੇ ਫਿਰ ਪਾਉਣਾ। ਇੱਕ ਚੁਟਕੀ ਪਾ ਦਾਂਗੇ ਗਰਮ ਮਸਾਲਾ। ਤੁਸੀਂ ਬਿਰਿਆਨੀ ਮਸਾਲਾ ਪਾਉਣਾ ਚਾਹੋ ਤਾਂ ਬਿਰਿਆਨੀ ਮਸਾਲਾ ਵੀ ਪਾ ਸਕਦੇ ਹੋ। ਹੁਣ ਅਸੀਂ ਇਹਦੇ ਵਿੱਚ ਕੇਸਰ ਵਾਲਾ ਦੁੱਧ ਪਾਉਣਾ ਆ। ਅੱਧੀ ਕੌਲੀ ਗਰਮ ਦੁੱਧ ਹੀ ਲੈ ਕੇ ਉਹ 'ਚ ਕੇਸਰ ਦੇ ਧਾਗੇ ਪਾ ਦਿੱਤੇ ਸੀ। ਕੇਸਰ ਨੇ ਰੰਗ ਛੱਡ ਦਿੱਤਾ। ਜੇ ਕੇਸਰ ਨਾ ਹੋਵੇ ਤੁਹਾਡੇ ਕੋਲ ਤਾਂ ਤੁਸੀਂ ਪੀਲਾ ਰੰਗ ਲੱਡੂਆਂ ਵਾਲਾ ਉਹ ਵੀ ਪਾ ਸਕਦੇ ਹੋ। ਦੋ ਚਮਚੇ ਦੇਸੀ ਘਿਓ ਦੇ, ਘਿਓ ਨੂੰ ਵੀ ਚੰਗੀ ਤਰ੍ਹਾਂ ਫੁਲਾਉਣਾ ਆ। ਥੋੜ੍ਹੇ ਜਿਹੇ ਪਾ ਦਾਂਗੇ ਪੁਦੀਨੇ ਦੇ ਪੱਤੇ। ਜੇ ਧਨੀਏ ਦੇ ਪੱਤੇ ਵੀ ਹੋਣ ਤੁਹਾਡੇ ਕੋਲ ਤਾਂ ਤੁਸੀਂ ਧਨੀਏ ਦੇ ਪੱਤੇ ਵੀ ਨਾਲ ਪਾ ਦੇਣੇ ਆ। ਇਸ ਗਲਾਸ ਦੇ ਨਾਲ ਨਾਪ ਕੇ ਆਪਾਂ ਚੌਲ ਲਏ ਸੀ। ਇੱਕ ਗਲਾਸ ਚੌਲਾਂ ਦੇ ਵਿੱਚ 1.25 ਗਲਾਸ ਅਸੀਂ ਪਾਣੀ ਦਾ ਪਾਉਣਾ ਆ, ਕਿਉਂਕਿ ਆਪਾਂ ਦੁੱਧ ਵੀ ਪਾਇਆ ਆ, ਫਿਰ ਉਸ ਤੋਂ ਬਾਅਦ ਦਹੀਂ ਵੀ ਪਾਇਆ ਸੀ। ਜ਼ਿਆਦਾ ਪਾਣੀ ਦਾ ਇਸਤੇਮਾਲ ਨਹੀਂ ਕਰਨਾ। ਜੇ ਚੌਲਾਂ ਨੂੰ ਤੁਸੀਂ ਭਿਓ ਕੇ ਨਹੀਂ ਰੱਖਦੇ ਫਿਰ ਤੁਸੀਂ ਡਬਲ ਪਾਣੀ ਪਾਉਣਾ ਆ, ਜਿੰਨੇ ਚੌਲ ਉਹਦਾ ਡਬਲ ਪਾਣੀ। ਥੋੜ੍ਹਾ ਜਿਹਾ ਆਪਾਂ ਹੋਰ ਪਾਣੀ ਪਾ ਦਿੱਤਾ। ਚਮਚੇ ਦੇ ਨਾਲ ਥੋੜ੍ਹਾ ਥੋੜ੍ਹਾ ਅਸੀਂ ਇੱਦਾਂ ਹਿਲਾਉਣਾ ਆ ਤਾਂ ਕਿ ਲੂਣ ਥੱਲੇ ਤੱਕ ਪੂਰੀ ਤਰ੍ਹਾਂ ਚੱਲ ਜਾਵੇ। ਕੁੱਕਰ ਦਾ ਢੱਕਣ ਬੰਦ ਕਰ ਦਾਂਗੇ। ਸੇਕ ਆਪਾਂ ਮੀਡੀਅਮ ਰੱਖਿਆ ਆ, ਮੀਡੀਅਮ ਸੇਕ 'ਤੇ ਇੱਕ ਸੀਟੀ ਆਉਣ ਦੇਵਾਂਗੇ। ਇੱਕ ਸੀਟੀ ਲੱਗਣ ਤੋਂ ਬਾਅਦ 2-3 ਮਿੰਟ ਤੱਕ ਬਿਲਕੁਲ ਘੱਟ ਸੇਕ ਦੇ ਉੱਤੇ ਆਪਾਂ ਸੇਕ ਲਵਾਵਾਂਗੇ। ਜਦੋਂ ਕੁੱਕਰ ਦਾ ਪ੍ਰੈਸ਼ਰ ਆਪਣੇ ਆਪ ਨਿਕਲ ਜੂਗਾ ਫਿਰ ਆਪਾਂ ਢੱਕਣ ਖੋਲ੍ਹ ਕੇ ਬਿਰਿਆਨੀ ਨੂੰ ਚੈੱਕ ਕਰਾਂਗੇ। ਨਿਊਟਰੀ ਬਿਰਿਆਨੀ ਤਿਆਰ ਆ ਬਣ ਕੇ। ਪ੍ਰੈਸ਼ਰ ਆਪਣੇ ਆਪ ਨਿਕਲ ਗਿਆ ਸੀ, ਉਸ ਤੋਂ ਬਾਅਦ ਹੁਣ ਆਪਾਂ ਇਹਦਾ ਢੱਕਣ ਖੋਲ੍ਹ ਲਿਆ। ਹਲਕੇ ਹੱਥਾਂ ਦੇ ਨਾਲ ਅਸੀਂ ਇਹਨੂੰ ਹਿਲਾਉਣਾ ਆ। ਬਹੁਤ ਜ਼ਿਆਦਾ ਵਧੀਆ ਇਹਦੇ 'ਚ ਖੁਸ਼ਬੂ ਆਉਂਦੀ ਪਈ ਆ। ਤੁਸੀਂ ਜ਼ਰੂਰ ਇੱਕ ਵਾਰੀ ਇਹਨੂੰ ਬਣਾ ਕੇ ਦੇਖਿਓ। ਹੁਣ ਆਪਾਂ ਇਹਨੂੰ ਸਰਵ ਕਰਦੇ ਹਾਂ। ਬਿਰਿਆਨੀ ਨੂੰ ਅਸੀਂ ਪਲੇਟ 'ਚ ਕੱਟ ਲੈਣਾ। ਨਿਊਟਰੀ ਬਿਰਿਆਨੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ। ਬਿਰਿਆਨੀ ਦਾ ਤੁਸੀਂ ਟੈਕਸਚਰ ਦੇਖ ਸਕਦੇ ਹੋ ਕਿੰਨਾ ਵਧੀਆ ਆਇਆ ਆ। ਚੌਲ ਵੀ ਸਾਰੇ ਇੱਕਦਮ ਇਕੱਲੇ ਇਕੱਲੇ ਬਣੇ ਆ ਅਤੇ ਇਹਦਾ ਸਵਾਦ ਇੰਨਾ ਵਧੀਆ ਆ ਕਿ ਤੁਸੀਂ ਇੱਕ ਵਾਰੀ ਜੇ ਇਹਨੂੰ ਬਣਾ ਕੇ ਖਾਧਾ ਤਾਂ ਦੁਬਾਰੇ ਜ਼ਰੂਰ ਇਹਨੂੰ ਬਣਾ ਕੇ ਦੇਖੋਗੇ। ਇਹਨੇ ਤੁਸੀਂ ਰਾਇਤੇ ਦੇ ਨਾਲ ਬਣਾ ਕੇ ਖਾਓਗੇ ਤਾਂ ਹੋਰ ਵੀ ਜ਼ਿਆਦਾ ਸਵਾਦ ਲੱਗੂਗੀ। ਬਣਾ ਕੇ ਦੇਖਿਓ ਘਰ ਦੇ ਵਿੱਚ, ਬਣਾਉਣ ਤੋਂ ਬਾਅਦ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਿਵੇਂ ਦੀ ਬਣੀ। ਵੀਡੀਓ ਜੇ ਪਹਿਲੀ ਵਾਰੀ ਦੇਖਦੇ ਪਏ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।